ਹਾਂਜੀ ਦੋਸਤੋ ਮਤਰ ਸਿੰਘ ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੀਆਂ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਇਸੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੀਆਂ ਦੁਪਹਿਰ ਦੀਆਂ ਖਬਰਾਂ ਅਤੇ ਖਬਰਾਂ ਨੂੰ ਸ਼ੁਰੂ ਕਰਦੇ ਬਲੈਕ ਵਾਰੀ ਨਜ਼ਰ ਚੌਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਜੀ ਕਿ ਵਿਧਾਨ ਸਭਾ ਵਿੱਚ ਗੂੰਜਿਆ ਸਿੱਧੂ ਦਾ ਚਪੇੜ ਵਾਲਾ ਬਿਆਨ ਮੰਤਰੀ ਅਤੇ ਵਿਧਾਇਕਾਂ ਨੇ ਥਾਪੜੇ ਮੇਜ਼ ਐਮਐਸਬੀ ਤੋਂ ਘੱਟ ਕੀਮਤ ਤੇ ਦੇਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ ਵਿਧਾਨ ਸਭਾ ਵਿੱਚ ਕੈਪਟਨ ਵੱਲੋਂ ਬੈਲਪੇਜ ਹੰਗਾਮੇ ਦੇ ਆਸਾਰ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਹੋ ਸਕਦਾ ਹੈ ਵਾਧਾ મોદી ਸਰਕਾਰ ਕਰ ਰਹੀ ਹੈ ਇਹ ਇੰਤਜ਼ਾਮ ਕਿਸਾਨ ਜਥੇਬੰਦੀਆਂ ਨੇ 20ਵੀਂ ਮੀਟਿੰਗ ਹੁਣ ਅੱਗੇ ਪਾਈ 30 ਜਥੇਬੰਦੀਆਂ ਦੇ ਨਾਮਾਂਦੇ ਲੈਣਗੇ ਹਿੱਸਾ ਪੰਜਾਬ ਵਿਧਾਨ ਸਭਾ ਵਿੱਚ ਅੱਜ ਇਤਿਹਾਸਿਕ ਦਿਨ ਜਾਣੂ ਅਜ ਦਾ ਪ੍ਰੋਗਰਾਮ ਕਿਸਾਨਾਂ ਦੇ ਹੋਏ ਕੇਸ ਦੀਵਾਲੀ ਤੋਂ ਪਹਿਲਾਂ ਲੈ ਜਾਣਗੇ ਵਾਪਸ ਕਿਸਾਨਾਂ ਦੇ ਹਿੱਟਾਂ ਨੇ ਅਸਤੀਫਾ ਦੇਣ ਜਾਂ ਬਰਕਾਸ਼ਤ ਹੋਣ ਲਈ ਤਿਆਰ ਕੈਪਟਨ ਦੂਜੇ ਰਾਜਾਂ ਤੋਂ ਗੈਰਕਾਨੂੰਨੀ ਢੰਗ ਨਾਲ ਚੋਨਾ ਲਿਆ ਕੇ ਵੇਚਣ ਵਾਲੇ ਪੁਲਸ ਦੇ ਸ ਦੇ ਸੰਜੇ ਚ ਕਰੋਨਾ ਅਪਡੇਟ 24 ਘੰਟਿਆਂ ਦੌਰਾਨ ਆਈ 46790 ਕੇਸ 6942 ਠੀਕ ਤੇ 587 ਮੌਤਾਂ ਅੱਜ ਤੋਂ ਸ਼ੁਰੂ ਹੋਵੇਗੀ 392 ਸਪੈਸ਼ਲ ਟ੍ਰੇਨਾਂ ਦੇਖੋ ਇੱਥੇ ਪੂਰੀ ਲਿਸਟ ਸਿੱਖ ਸੰਗਤਾਂ ਕਰ ਸਕਣਗੀਆਂ ਨਨਕਾਣਾ ਸਾਹਿਬ ਦੇ ਦਰਸ਼ਨ ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ ਪੰਜਾਬ ਦੇ ਕਾਰੋਬਾਰ ਨੂੰ ਲਾਕਡਾਊਨ ਦੌਰਾਨ 40000 ਕਰੋੜ ਦਾ ਨੁਕਸਾਨ ਪ੍ਰੈਸ ਰਿਵਿਊ ਤਾਂ ਦੋਸਤੋ ਜਿਗੀਆਂ ਆਪਣੀਆਂ ਸਮੇਂ ਦੀਆਂ ਚੌਣਵੀਆਂ ਖਬਰਾਂ ਤੇ ਇਸ ਨਾਲ ਹੀ ਗੱਲਬਾਤ ਕਰਦੇ ਹਾਂ ਜੀ ਪਹਿਲੇ ਵੱਡੀ ਖਬਰ ਦੀ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤਾਂ ਜੋ ਆਪਣੀ ਜਿਹੜੀ ਵੀਡੀਓ ਹੈ ਉਹ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਇਸੇ ਨਾਲ ਹੀ ਗੱਲਬਾਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਦੀ ਕਿ ਵਿਧਾਨ ਸਭਾ ਵਿੱਚ ਗੂੰਜਿਆ ਸਿੱਧੂ ਦਾ ਚਪੇੜ ਵਾਲਾ ਬਿਆਨ ਮੰਤਰੀਆਂ ਤੇ ਵਿਧਾਇਕਾਂ ਨੇ ਥਾਪੜੇ ਮੇਜ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬੋਲਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਦੇ ਸਕ ਵਿੱਚ ਹਾਂ ਦਾ ਨਾਰਾ ਮਾਰਿਆ ਤੇ ਵਿਧਾਨ ਸਭਾ ਵਿੱਚ ਬੋਲਦੇ ਨਵਜੂ ਸਿੱਧੂ ਨੇ ਆਖਿਆ ਕਿ ਸਦਨ ਵਿੱਚ ਖੇਤੀ ਕਾਨੂੰਨਾਂ ਖਿਲਾਫ ਮੁੱਖ ਮੰਤਰੀ ਦਾ ਫੈਸਲਾ ਕੇਂਦਰ ਦੇ ਕਾਲੇ ਕਾਨੂੰਨਾਂ ਤੇ ਮੂੰਹ ਤੇ ਚਪੇੜ ਹੈ ਤੇ ਇਸ ਚਪੇੜ ਦੀ ਗੂੰਜ ਸਾਰੇ ਹਿੰਦੁਸਤਾਨ ਵਿੱਚ ਸੁਣਾਈ ਦੇਵੇਗੀ ਜਿਵੇਂ ਹੀ ਸਿੱਧੂ ਵਿਧਾਨ ਸਭਾ ਵਿੱਚ ਸੰਬੋਧਨ ਲਈ ਖੜੇ ਹੋਏ ਤਾਂ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਨਜ਼ਰਾਂ ਸਿੱਧੂ ਤੇ ਜਾ ਟਿਕੀਆਂ ਤੇ ਜਿਵੇਂ ਹੀ ਸਿੱਧੂ ਨੇ ਮੁੱਖ ਮੰਤਰੀ ਦੇ ਫੈਸਲੇ ਨੂੰ ਕੇਂਦਰੀ ਕਾਨੂੰਨਾਂ ਦੇ ਮੂੰਹ ਤੇ ਚਪੇੜ ਵਾਕ ਦੱਸਿਆ ਤਾਂ ਵਿਧਾਨ ਸਭਾ ਅੰਦਰ ਮੌਜੂਦ ਮੰਤਰੀ ਤੇ ਵਿਧਾਇਕਾਂ ਨੇ ਮੇਥਾ ਫੜ ਕੇ ਇਸ ਦੀ ਹਮਾਇਤ ਕੀਤੀ ਅਗਲੀ ਵੱਡੀ ਖਬਰ ਕਿ ਐਮਐਸਪੀ ਤੋਂ ਘੱਟ ਕੀਮਤ ਦੇਣ ਵਾਲਿਆਂ ਨੂੰ ਹੋਵੇਗੀ 3 ਸਾਲ ਦੀ ਸਜ਼ਾ ਖੇਤੀ ਕਾਨੂੰਨਾਂ ਵਿਰਧ ਪੰਜਾਬ ਕਨਟ ਵੱਲੋਂ ਸੱਦੇ ਗਏ ਵਿਸ਼ੇਸ਼ اجلاس ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਤਿਆਰ ਕੀਤਾ ਗਿਆ ਬੈਲ ਪੇਸ਼ ਕਰ ਦਿੱਤਾ ਗਿਆ ਤੇ ਥੋੜੀ ਦੇਰ ਬਾਅਦ ਇਸ ਨੂੰ ਕਾਨੂੰਨ ਦਾ ਜਾਮਾ ਪਹਿਨਾ ਦਿੱਤਾ ਜਾਵੇਗਾ ਤੇ ਇਸ ਬੈਲ ਵਿੱਚ ਦੱਸਿਆ ਗਿਆ ਕਿ ਜੇ ਕੋਈ ਵੀ ਐਮਐਸਪੀ ਤੋਂ ਘੱਟ ਕੀਮਤ ਦਿੰਦਾ ਹੈ ਤਾਂ ਉਸ ਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਅਤੇ APMC ਐਕਟ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਵੇਗਾ ਤੇ ਦੱਸਦੇ ਇਹ ਕਿ ਸਰਕਾਰ ਨੇ ਖੇਤੀ ਕਰੂਨਾ ਖਿਲਾਫ ਪੇਸ਼ ਕੀਤੇ ਬਿੱਲਾਂ ਦੀ ਕਾਪੀ ਬਾਕੀ ਵਿਧਾਇਕਾਂ ਨੂੰ ਦੇ ਦਿੱਤੀ ਹੈ ਤੇ ਉਹਨਾਂ ਦੇ ਮੰਤਨ ਚੱਲ ਰਿਹਾ ਹੈ ਕਿ ਥੋੜੀ ਦੇਰ ਵਿੱਚ ਬਿੱਲਾਂ ਨੂੰ ਕਾਨੂੰਨ ਦਾ ਜਾਮਾ ਪਹਿਨਾ ਦਿੱਤਾ ਜਾਵੇਗਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਕਿਸੇ ਵੀ ਕਿਸਾਨ ਦੀ ਕਿਸੇ ਚੀਜ਼ ਨੂੰ ਲੈ ਕੇ ਝਗੜਾ ਹੁੰਦਾ ਤਾਂ ਕਿਸਾਨ ਅਦਾਲਤ ਦਾ ਰੁਖ ਕਰ ਸਕਦਾ ਹੈ ਅਗਲੀ ਵੱਡੀ ਖਬਰ ਕਿ ਵਿਧਾਨ ਸਭਾ ਵਿੱਚ ਕੈਪਟਨ ਵੱਲੋਂ ਬਿੱਲ ਪੇਸ਼ ਹੰਗਾਮੇ ਦੇ ਆਸਾਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਹੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਅੱਜ ਸਦਨ ਵਿੱਚ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਬਿੱਲਾਂ ਨੂੰ ਪੰਜਾਬ ਵਿੱਚ ਰੱਦ ਕਰਨ ਤੇ ਚਰਚਾ ਹੋਵੇਗੀ ਤੇ ਕੈਪਟਨ ਨੇ ਕਿਹਾ ਕਿ ਹੰਗਾਮੀ ਹਾਲਤ ਵਿੱਚ ਸੈਸ਼ਨ ਵਿੱਚ ਬਿੱਲ ਲਿਆਉਣ ਵਿੱਚ ਦੇਰੀ ਹੋਈ ਤੇ ਮੁੱਖ ਮੰਤਰੀ ਸਰਕਾਰੀ ਪ੍ਰਸਤਾਵ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਜਿਸੇ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੋਸਾ ਤੇ ਉਧਰ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਬਿੱਲਾਂ ਦੀ ਕਾਪੀ ਨਾ ਮਿਲਣ ਦੇ ਨਾਰਾਜ਼ਗੀ ਜਤਾਈ ਅਤੇ ਆਪ ਵਿਧਾਇਕ ਨੇ ਪੂਰੀ ਸਰ ਵਿਧਾਨ ਸਭਾ ਦੇ ਬਾਹਰੀ ਗੁਜਾਰੀ ਹੈ ਤੇ ਉਹਨਾਂ ਨੇ ਕਿਹਾ ਕਿ ਆਖਰ ਕੈਪਟਨ ਅਮਨਦ ਸਿੰਘ ਨੂੰ ਕਿਸ ਗੱਲ ਦਾ ਡਰ ਹੈ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬਿੱਲ ਦੀ ਕਾਪੀ ਵਿਧਾਇਕਾਂ ਨੂੰ ਪਹਿਲਾਂ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਉਸ ਦੀ ਤਿਆਰੀ ਕਿਵੇਂ ਕਰ ਸਕਦੇ ਨੇ ਅਗਲੀ ਵੱਡੀ ਖਬਰ ਹੈ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਹੋ ਸਕਦਾ ਹੈ ਵਾਧਾ ਮੋਦੀ ਸਰਕਾਰ ਕਰ ਰਹੀ ਹੈ ਇੰਤਜ਼ਾਮ ਕੇਂਦਰੀ ਕਰਮਚਾਰੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਹੈ ਜੀ ਇਸ ਨਾਲ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਡੀਏ ਮਹਿੰਗਾਈ ਪੱਤੇ ਨਾਲ ਜੁੜੀ ਹੈ ਜੇ ਸਭ ਕੁਝ ਠੀਕ ਰਿਹਾ ਤਾਂ ਕੇਂਦਰੀ ਕਰਮਚਾਰੀਆਂ ਲਈ ਕਿ ਵਿੱਚ ਵਧੀਆ ਮਹਿੰਗਾਈ ਪਤਾ ਮਿਲਨ ਦਾ ਰਸਤਾ ਸਪਸ਼ਟ ਹੋ ਜਾਵੇ ਕਿ ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਿਵਾਲੀ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਧਾ ਸਕਦੇ ਤੇ ਇਹ ਉਪਭੋਗਤਾ ਮੂਲ ਸੂਚਕਾਂ ਜਾਨੀ ਕਿ CPI IW ਦੇ ਆਧਾਰਨ ਸਾਲ ਵਿੱਚ ਤਬਦੀਲੀਆਂ ਕਰਕੇ ਸੰਭਵ ਹੋ ਸਕਿਆ ਜੇਕਰ ਸਰਕਾਰ ਇਹ ਸਧਾਰਨ ਸਾਲ ਨੂੰ 2016 ਕਰ ਦਿੰਦੀ ਹੈ ਤਾਂ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਪੱਤੇ DA ਵਿੱਚ ਵਾਅਦਾ ਹੋਣਾ ਤੈ ਅਗਲੀ ਵੱਡੀ ਖਬਰ ਕਿ ਕਿਸਾਨ ਜਥੇਬੰਦੀਆਂ ਨੇ 20ਵੀਂ ਮੀਟਿੰਗ ਹੁਣ ਅੱਗੇ ਪਾਈ ਜਥੇਬੰਦੀਆਂ ਨੇ ਨੁਮਾਇੰਦੇ ਲੈਣਗੇ ਹਿੱਸਾ ਕੇਂਦਰੀ ਖੇਤੀ ਐਕਟਵਾਂ ਦੇ ਛੇੜੇ ਸੰਘਰਸ਼ ਦੇ ਦਬਾਹਟ ਪੰਜਾਬ ਸਰਕਾਰ ਨੂੰ ਬਲੈ ਸਪੈਸ਼ਲ ਵਿਧਾਨ ਸਭਾ اجلاس ਦੇ ਪਹਿਲਾਂ ਸਰਕਾਰੀ ਬਦਨਾ ਪੇਸ਼ ਕਰਨ ਕਰਕੇ ਕਿਸਾਨ ਜਥੇਬੰਦੀਆਂ ਨੂੰ ਡਾਢੀ ਨਰਾਸ਼ਾ ਤੇ مایوسی ਹੋਈ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਅਜੇ ਵੀ ਕੋਈ ਆਸ ਨਹੀਂ ਭਲਕੇ ਇਹਨਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਕੋਈ ਸਖਤ ਬਿੱਲ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਜਾਵੇਗਾ ਅਜਰ ਜਨਸ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਅਪਰਦਾਰ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ 21 ਅਕਤੂਬਰ ਨੂੰ ਬੁਲਾਈ ਗਈ ਚੰਨੀਗਰਦੀ ਮੀਟਿੰਗ ਮੁਲਤਵੀ ਕਰਕੇ ਅਗਲੇ ਦਿਨ ਬੁੱਧਵਾਰ ਨੂੰ ਸਰਦੀ ਗਈ ਹੈ ਕਿਉਂਕਿ ਸਰਕਾਰ ਨੇ ਸੈਸ਼ਨ ਹੀ ਇੱਕ ਦਿਨ ਅੱਗੇ ਪਾ ਦਿੱਤਾ ਹੈ। ਅਗਲੀ ਵੱਡੀ ਖਬਰ ਕਿ ਪੰਜਾਬ ਵਿਧਾਨ ਸਭਾ ਵਿੱਚ ਅੱਜ ਇਤਿਹਾਸਕ ਦਿਨ ਜਨਵਜ ਦਾ ਪ੍ਰੋਗਰਾਮ ਪੰਜਾਬ ਵਿਧਾਨ ਸਭਾ ਵਿੱਚ 21 ਅਕਤੂਬਰ ਮਤਲਬ ਜਾਨੀ ਕਿ ਅੱਜ ਦਾ ਦਿਨ ਬਾਅਦ ਇਤਿਹਾਸਕ ਬਣ ਜਾ ਰਿਹਾ ਅੱਜ ਵਿਧਾਨ ਸਭਾ ਵਿੱਚ ਖੇਤੀਬਾੜੀ ਸੰਬੰਧੀ ਨਵਾਂ ਕਾਨੂੰਨ ਪੇਸ਼ ਕੀਤਾ ਜਾਵੇਗਾ। ਜਿਸ ਨਾਲ ਕੇਂਦਰ ਸਰਕਾਰ ਵੱਲੋਂ بنائے ਤਿੰਨ ਖੇਤੀ ਐਕਟਾਂ ਤੋਂ ਪੰਜਾਬ ਦੇ ਕਿਸਾਨਾਂ ਦਾ ਬਚਾ ਕੇ ਤੇ ਜਾਂਦੇ ਯਤਨ ਕੀਤੇ ਜਾਣਗੇ ਤੇ ਕਾਨੂੰਨ ਇੱਕ ਤੋਂ ਵੱਧ ਹੋਣਗੇ ਜਿਸ ਵਿੱਚ ਐਮਐਸਬੀ ਨਾਲ ਸੰਬੰਧ ਕਾਨੂੰਨ ਹੋਵੇਗਾ ਜਦੋਂ ਕਿ ਬਾਕੀ ਮੰਡੀ ਪ੍ਰਬੰਧ ਅਤੇ ਹੋਰ ਪੱਖਾਂ ਬਾਰੇ ਕਾਨੂੰਨ ਹੋਣਗੇ ਇਸ ਤੋਂ ਇਹ ਇਲਾਵਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਵੱਖਰੇ ਤੌਰ ਤੇ ਪੇਸ਼ ਕੀਤਾ ਜਾਵੇਗਾ ਅਗਲੀ ਵੱਡੀ ਖਬਰ ਕਿ ਕਿਸਾਨਾਂ ਦੇ ਹੋਏ ਕੇਸ ਦੀਵਾਲੀ ਤੋਂ ਪਹਿਲਾਂ ਲੈ ਜਾਣਗੇ ਵਾਪਸ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਪਿਛਲੇ ਸਮੇਂ ਵਿੱਚ ਕੋਵਿਡ-19 ਸੰਕਟ ਦੇ ਚੱਲਦੇ ਹੋਰ ਵੱਖ-ਵੱਖ ਐਕਸ਼ਨਾਂ ਦੌਰਾਨ ਪੁਲਸ ਵੱਲੋਂ ਦਰਜ ਸਾਰੇ ਕੇਸ ਜਲਵਾਯੂ ਤੋਂ ਪਹਿਲਾਂ ਵਾਪਸ ਲਏ ਜਾਣਗੇ ਤੇ ਇਹ ਭਰੋਸਾ ਪੰਜਾਬ ਦੇ ਮੰਤਰੀਆਂ ਦੀ ਕਿਸਾਨਾਂ ਨਾਲ ਗੱਲਬਾਤ ਲਈ ਗਠਿਤ ਕਮੇਟੀ ਵੱਲੋਂ ਅੱਜ ਪੰਜਾਬ ਆਉਣ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਮੀਟਿੰਗ ਵੱਜ ਦਿੱਤਾ ਇਸ ਤੋਂ ਇਲਾਵਾ ਕੇਂਦਰੀ ਖੇਤੀ ਬਿਲਾ ਨੂੰ ਵਿਧਾਨ ਸਭਾ ਵਿੱਚ ਰੱਦ ਕਰਨ ਬਾਰੇ ਮੰਤਰੀ ਕਮੇਟੀ ਨੇ ਕਿਸਾਨ ਆਗੂਆਂ ਨੂੰ ਹਾਂ ਪੱਕੀ ਪ੍ਰਵੋਸ ਦਿੱਤਾ ਪਰ ਪ੍ਰਸਤਾਵ ਬੀਲੀ ਐਕਟ ਦੇ ਆਉਣ ਵਾਲੇ ਆਰਡੀਨੈਂਸ ਬਾਰੇ ਕੋਈ ਠੋਸ ਭਰੋਸਾ ਨਹੀਂ ਮਿਲਿਆ ਹੈ ਕਿਸਾਨਾਂ ਦੀਆਂ ਹੋਰ ਮੰਗਾਂ ਜਿੰਨਾਂ ਵਿੱਚ ਮੁਕੰਮਲ ਕਰਜ਼ਾ ਮਾਫੀ ਦਾ ਵਾਅਦਾ ਤੇ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਾਂ ਦੇ ਮੁਆਵਜ਼ੇ ਤੇ ਹੋਰ ਸਹਾਇਤਾ ਬਾਰੇ ਮਾਮਲਿਆਂ ਬਾਰੇ ਵੀ ਚਾਤਤਦਨ ਕਮੇਟੀ ਨੇ ਇਹਨਾਂ ਤੇ ਵਿਚਾਰ ਕਰਕੇ ਛੇਤੀ ਹੀ ਨਿਬਟਾਰੇ ਦੀ ਗੱਲ ਵੀ ਆਖੀ ਹੈ। ਅਗਲੇ ਵਾਰ ਅਗਲੇ ਵਾਰ ਦੀ ਖਬਰ ਕਿ ਕਿਸਾਨਾਂ ਦੇ ਹਿੱਤਾਂ ਲਈ ਅਸਤੀਫਾ ਦੇਣ ਜਾਂ ਬਰਖਾਸਤ ਹੋਣ ਲਈ ਤਿਆਰ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਨੇ ਅੱਜ ਵਿਸ਼ੇਸ਼ اجلاس ਦੇ ਦੂਸਰੇ ਦਿਨ ਵਿੱਚ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਬੇਇਨਸਾਫੀ ਅੱਗੇ ਝੁਕਣ ਦੀ ਬਜਾਏ ਅਸਤੀਫਾ ਦੇਣ ਅਤੇ ਬਰਖਾਸਤ ਹੋਣ ਲਈ ਵੀ ਤਿਆਰ ਹਨ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਨੂੰ ਚੇਤਾਵਨੀ ਦਿੱਤਾ ਹੈ ਕਿ ਕੋਈ ਵੀ ਧਾਰਮਿਕ ਤੇ ਰੋਜੀ ਰੋਟੀ ਤੇ ਹਮਲਾ ਬਰਦਾਸ਼ਤ ਨਹੀਂ ਕਰੇਗਾ ਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਕਾਬੰਦੀ ਖਾਤਮ ਕਰ ਦੇਣ ਕਿਉਂਕਿ ਉਹ ਕਿਸਾਨਾਂ ਨਾਲ ਖੜੇ ਹਨ ਅਤੇ ਹੁਣ ਕਿਸਾਨ ਉਹਨਾਂ ਨਾਲ ਜ਼ਰੂਰ ਖੜਨਾ ਅਗਲੇ ਵੱਡੇ ਖਬਰ ਕੇ ਦੂਜੇ ਰਾਜਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਝੋਨਾ ਲਿਆ ਕੇ ਵੇਚਣ ਵਾਲੇ ਪੁਲਿਸ ਦੇ ਸ਼ਿਕੰਜੇ ਵਿੱਚ ਬਠਿੰਡਾ ਪੁਲਿਸ ਨੇ ਚਾਰ ਵੱਖ-ਵੱਖ ਮਾਮਲਿਆਂ ਵਿੱਚ ਦੂਜੇ ਸੂਬੇ ਤੋਂ ਨਜਾਇਜ਼ ਢੰਗ ਨਾਲ ਝੋਨਾ ਲਿਆ ਕੇ ਪੰਜਾਬ ਵਿੱਚ ਵੇਚਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਚਾਰ ਟਰੱਕਾਂ ਤੇ ਦੋ ਟਰੈਕਟਰ ਆਪਣੇ ਕਾਰਜ ਵਿੱਚ ਲੈ ਲਏ ਇਨ੍ਹਾਂ ਟਰੱਕਾਂ ਤੇ 122 ਟਨ ਝੋਨਾ ਜਿਹੜਾ ਵਪਾਰੀਆਂ ਨੇ ਸਸਤੀ ਕੀਮਤਾਂ 'ਚ ਦੂਜੇ ਸੂਬੇ ਤੋਂ ਖਰੀਦਿਆ ਸੀ ਉਸ ਨੂੰ ਮਹਿੰਗੇ ਮੱਲੇ ਪੰਜਾਬੀਆ ਮੰਡੀਆਂ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਵਪਾਰੀਆਂ ਵਿਰੁੱਧ ਕੇਸ ਵੀ ਦਰਜ ਕੀਤਾ ਹੈ ਬਟਿੰਡਾ ਦੇ ਐਸਐਸਪੀ ਪੁਪਲ ਨਰਜੀਤ ਸਿੰਘ ਨੇ ਦੱਸਿਆ ਕਿ ਦੂਜੇ ਰਾਜਾਂ ਤੋਂ ਲਿਆਂਦੀ ਜਾਣ ਵਾਲੀ ਫਸਲ ਚੈੱਕ ਕਰ ਲੈ ਅੱਠ ਪੋਸਟਾਂ ਕਾਇਮ ਕੀਤੀਆਂ ਗਈਆਂ ਨੇ ਤੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਬਾਹਲੇ ਰਾਜਾਂ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਅਗਲੀ ਵੱਡੀ ਖਬਰ ਕਿ ਕੋਰੋਨਾ ਅਪਡੇਟ 24 ਘੰਟਿਆਂ ਦੌਰਾਨ ਆਏ 46790 ਨਵੇਂ ਕੇਸ 69720 ਠੀਕ ਅਤੇ 587 ਮੌਤਾਂ ਪੰਜਾਬ ਦੇ ਕਰੋਨਾ ਵਾਇਰਸ ਦੇ ਇਸ ਵੇਲੇ ਦੇ ਤਾਜ਼ਾ ਅੰਕੜੇ ਤੁਹਾਡੇ ਨਾਲ ਸਾਂਝੇ ਕਰਨਾ ਜੀ ਕਿ ਦੇਸ਼ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ ਇਸ ਵੇਲੇ ਕਰੋਨਾ ਕੇਸ 76 ਲੱਖ ਦੇ ਨੇੜੇ ਹੋਣ ਦੀ ਪੁਸ਼ਟੀ ਹੈ ਤੇ ਮੰਗਲਵਾਰ ਨੂੰ 83 ਦਿਨ ਬਾਅਦ ਪਹਿਲੀ ਵਾਰ 24 ਘੰਟੇ ਦਰ 50 ਹਜ਼ਾਰ ਤੋਂ ਘੱਟ ਕੇਸ ਆਏ ਤੇ ਉਸੇ ਸਮੇਂ ਮ੍ਰਿਤਕਾਂ ਦੀ ਗਿਣਤੀ 500 ਤੋਂ ਵੱਧ ਸੀ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਇਸ ਵੇਲੇ ਕੁੱਲ ਸਰਗਰਮ ਮਾਮਲੇ 10.23% ਹਨ ਜਦੋਂ ਕਿ ਰਿਕਵਰੀ ਐਂਡ ਡਿਸਚਾਰਜ ਕੇਸ ਇਸ ਵੇਲੇ 88.26% ਨੇ ਅਗਲੀ ਵੱਡੀ ਖਬਰ ਕੀ ਅੱਜ ਤੋਂ ਸ਼ੁਰੂ ਹੋਈਆਂ 392 ਸਪੈਸ਼ਲ ਟ੍ਰੇਨਾਂ ਇੱਥੇ ਦੇਖੋ ਪੂਰੀ ਲਿਸਟ ਰੇਲਵੇ ਨੇ ਤਿਹਾੜੀ ਸੀਜ਼ਨ ਲਈ 392 ਪੂਜਾ ਸਪੈਸ਼ਲ ਟ੍ਰੇਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਇਹ ਟ੍ਰੇਨਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਨੇ ਤੇ ਭਾਰਤੀ ਰੇਲਵੇ ਅਨੁਸਾਰ ਇਹ ਟ੍ਰੇਨਾਂ 3 ਨਵੰਬਰ ਤੱਕ ਚੱਲਣਗੀਆਂ ਤੇ ਇਹ ਤਿਹਾੜੀ ਸਪੈਸ਼ਲ ਟ੍ਰੇਨਾਂ ਕੋਲਕਾਤਾ ਪਟਨਾ ਵਾਰਾਨਸੀ ਲਖਨਊ ਅਤੇ ਦਿੱਲੀ ਤੋਂ ਚੱਲਣਗੀਆਂ ਤਾਂ ਜੋ ਦੁਰਗਾ ਪੂਜਾ ਦੁਸ਼ਹਿਰਾ ਦੀਵਾਲੀ ਸ਼ਟ ਪੂਜਾ ਤੇ ਯਾਤਰੀਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ ਹਾਲਾਂਕਿ ਰੇਲਵੇ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਯਾਤਰੀਆਂ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਤੇ ਨਾਲ ਹੀ ਨਿਯਮ ਤੋੜਨ ਵਾਲਾ ਖਿਲਾਫ ਜੁਰਮਾਨਾ ਤੇ ਸਜ਼ਾ ਵੀ ਵਧਾ ਦਿੱਤੀ ਹੈ। ਅਜਿਹੇ ਵਿੱਚ ਜੇ ਤੁਸੀਂ ਇਹਨਾਂ ਸਪੈਸ਼ਲ ਟ੍ਰੇਨਾਂ ਵਿੱਚ ਸਫ਼ਰ ਕਰ ਰਹੇ ਹੋ ਤਾਂ ਨਿਯਮਾਂ ਦੀ ਚੰਗੀ ਤਰ੍ਹਾਂ ਪਛਾਣ ਕਰ ਲਵੋ ਤਾਂ ਭਾਰਤੀ ਰੇਲਵੇ ਨੇ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕ ਲੈ 22 ਮਾਰਚ ਤੋਂ ਸਾਰੀਆਂ ਪੈਸੇਂਜਰ ਟ੍ਰੇਨਾਂ ਤੇ ਰੋਕ ਲਗਾਈ ਹੋਈ ਹੈ ਹਾਲਾਂਕਿ ਲੋਕਾਂ ਦੀ ਮੰਗ ਅਨੁਸਾਰ ਨਿਯਮਤ ਰੂਪ ਵਿੱਚ ਨਾਲ 300 ਤੋਂ ਜ਼ਿਆਦਾ ਸਪੈਸ਼ਲ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਦਰਅਸਲ ਆਰਥਿਕ ਵਿ ਗਰਫਤਾਰ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਜਿਸੇ ਵਿੱਚ ਰੇਲਵੇ ਨੇ 12 ਸਤੰਬਰ ਤੋਂ 80 ਵਾਦੂ ਟ੍ਰੇਨਾਂ ਚਲਾਈਆਂ ਨੇ ਜਿਨ੍ਹਾਂ ਨੂੰ ਕਲੌਨ ਟ੍ਰੇਨ ਦਾ ਨਾਮ ਦਿੱਤਾ ਗਿਆ ਤੇ ਇਨ੍ਹਾਂ ਟ੍ਰੇਨਾਂ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਸਫ਼ਰ ਕਰ ਚੁੱਕੇ ਨੇ ਅਗਲੀ ਵੱਡੀ ਖਬਰ ਕਿ ਸਿੱਖ ਸੰਗਤਾਂ ਕਰ ਸਕਣਗੀਆਂ ਨਨਕਾਣਾ ਸਾਹਿਬ ਦੇ ਦਰਸ਼ਨ ਪਾਕਿਸਤਾਨ ਸਰਕਾਰ ਨੇ ਦਿੱਤੀ ਮਨਜ਼ੂਰੀ ਪਾਕਿਸਤਾਨ ਸਰਕਾਰ ਨੇ ਸਿੱਖ ਸੰਗਤਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਦਰਅਸਲ ਕੋਵਿਡ-19 ਦੀ ਵਜ੍ਹਾ ਕਰਕੇ ਇਸ ਸਾਲ ਸਿੱਖ ਦਿੱਤਾ ਪਾਕਿਸਤਾਨ ਦੇ ਗੁਰੂਤਾਮਾ ਦੇ ਦਰਸ਼ਨ ਨਹੀਂ ਕਰ ਸਕਿਆ ਸੀ ਹੁਣ ਪਾਕਿਸਤਾਨ ਦੇ ਨਾਲ ਭਾਰਤ ਵਿੱਚ ਕੋਵਿਡ ਘਟ ਹੋਣ ਕਰਕੇ ਪਾਕਿਸਤਾਨ ਸਰਕਾਰ ਨੇ ਭਾਰਤ ਦੇ ਨਾਲ ਨਾਲ ਦੁਨੀਆ ਭਰ ਦੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਨਮ ਸਥਾਨ ਨਨਕਾਣਾ ਸਾਹਿਬ ਆਉਂਦਾ ਸੱਦਾ ਦਿੱਤੇ ਤੇ ਇਸ ਦਿਨ ਨਾਲ ਪਾਕਿਸਤਾਨ ਸਰਕਾਰ ਨੇ ਵਕਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਸਲਾਹ ਕਰਕੇ ਵੀਜ਼ਾ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਨੇ ਅਗਲੀ ਵੱਡੀ ਖਬਰ ਕਿ ਪੰਜਾਬ ਦੇ ਕਾਰੋਬਾਰ ਨੂੰ ਲਾਕਡਾਊਨ ਦੌਰਾਨ 40000 ਕਰੋੜ ਦਾ ਨੁਕਸਾਨ ਪ੍ਰੈਸ ਰਿਵਿਊ BBC ਪ੍ਰੋਫੈਸਰ ਸਾਫਤੀ ਦਾ ਅਧਿਐਨ ਕੋਵਿਡ-19 ਦਾ ਪੰਜਾਬ ਦੇ ਲਘੂ ਛੋਟੇ ਅਤੇ ਮੀਡੀਅਮ ਕਾਰੋਬਾਰ ਤੇ ਆਉਣ ਵਾਲੀਆਂ ਚੁਣੌਤੀਆਂ ਤੇ ਅਧਾਰਤ ਸੀ ਇਸ ਜੇ ਨਾਲ ਪੰਜਾਬ ਦੇ ਕਾਰੋਬਾਰ ਨੂੰ ਲਾਕਡਾਊਨ ਦੌਰਾਨ 40000 ਕਰੋੜ ਦਾ ਨੁਕਸਾਨ ਹੋਇਆ ਦੀ ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਪੰਜਾਬ ਦੇ ਇੰਡਸਟਰੀ ਸੈਕਟਰ ਨੂੰ ਲਾਕਡਾਊਨ ਦੌਰਾਨ ਘੱਟੋ-ਘੱਟ 40000 ਕਰੋੜ ਦਾ ਨੁਕਸਾਨ ਹੋਇਆ ਇਸ ਨੁਕਸਾਨ ਦਾ ਜ਼ਿਕਰ ਗੁਰਨਾਕ ਦੇ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸਾਫਤੀ ਮੈਰਾ ਨੇ ਆਪਣੇ ਅਧਿਐਨ ਵਿੱਚ ਕੀਤਾ ਹੈ ਤਾਂ ਦੋਸਤੋ ਇਹ ਸੀ ਗਿਆ ਆਪਣੀਆਂ ਸਮੇਂ ਦੀਆਂ ਦੁਪਹਿਰ ਦੀਆਂ ਵੱਡੀਆਂ ਖਬਰਾਂ ਸਾਡੇ ਦਰਜ ਤੇ ਜਾਣ ਕੇ ਤੁਹਾਨੂੰ ਕਿੱਦਾਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਜੈ ਹਾਂ